ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਆ ਚੁੱਕੇ ਹਾਂ ਸੈਂਟ ਚਾਰਲਸ ਗੁਰਦੁਆਰਾ ਸਾਹਿਬ ਤੇ ਹੁਣ ਤੁਹਾਨੂੰ ਕਰਾਉਂਦੇ ਹਾਂ ਦਰਸ਼ਨ ਗੁਰਦੁਆਰਾ ਸਾਹਿਬ ਦੇ ਇਹ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਆ ਜੀ ਲੰਗਰ ਹਾਲ ਆ ਚੁੱਕਿਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਹੋ ਚੁੱਕੇ ਅਸੀਂ ਵਿਹਲੇ ਤੇ ਹੁਣ ਅਸੀਂ ਜਾਣ ਲੱਗੇ ਹਾਂ ਚੈਸਟਰ ਫੀਲਡ ਜਗ੍ਹਾ ਦਾ ਮਾਹੌਲ ਵਿਖਾ ਦਿੰਦਾ ਗੁਰਦੁਆਰਾ ਸਾਹਿਬ ਜੀ ਦਾ ਹੁਣ ਅਸੀਂ ਤੁਰ ਪਏ ਹਾਂ ਚੈਸਟਰ ਫੀਲਡ ਵੱਲ ਜੀ ਹੁਣ ਅਸੀਂ ਆ ਚੁੱਕੇ ਹਾਂ ਪ੍ਰੀਮੀਅਮ ਆਊਟਲੈਟ ਤੇ ਹੁਣ ਤੁਹਾਨੂੰ ਵਿਖਾਵਾਂਗੇ ਇੱਥੇ ਕੀ ਹੈਗਾ ਤੇ ਥੋੜ੍ਹੀ ਬਹੁਤੀ ਸ਼ੋਪਿੰਗ ਵੀ ਕਰਾਂਗੇ ਜੇ ਪੈਸੇ ਹੋਏ ਤੇ ਜੇ ਪੈ ਔਕਾਤ ਜੋਗੇ ਹੋਏ ਤੇ ਪਹਿਲਾ ਸਟੋਪ ਬਰੁਕਸ ਬ੍ਰਦਰ ਆ ਪਹਿਲੀ ਚੀਜ਼ ਪਸੰਦ ਆ ਗਈ ਆ ਔਰ ਨਹੀਂ ਨਹੀਂ ਪਸੰਦ ਨਹੀਂ ਆਈ ਰਹਿਣ ਤੋਂ ਚਲੋ ਚੱਲਦੇ ਆਪਣੀ ਅਗਲੀ ਡੈਸਟੀਨੇਸ਼ਨ ਤੇ ਚਲੋ ਮੈਂ ਤੁਹਾਨੂੰ ਇੰਟਰੋਡਿਊਸ ਕਰਾਂ ਆਪਣੀ ਸਹੇਲੀ ਨਾਲ ਸੇ ਹਾਈ ਬੇਬੀ H&M ਨੇ ਸਭ ਕੁਝ ਕਾਲਾ ਹੀ ਕਾਲਾ ਲਿਆਂਦਾ ਇੱਥੇ ਸਭ ਕੁਝ ਬਲੈਕ ਬਲੈਕ ਆਲ ਬਲੈਕ ਚਲੋ ਚੱਲੀਏ ਜੀ ਅਗਲੀ ਜਗ੍ਹਾ ਤੇ ਕਾਫੀ ਦਿਨਾਂ ਦਾ ਨਾ ਮੈਨੂੰ ਅਮੀਰ ਅਮੀਰ ਫੀਲ ਹੋ ਰਿਹਾ ਸੀ ਤਾਂ ਹੁਣ ਮੈਂ ਪੁੱਲ ਵਿੱਚ ਆ ਗਿਆ ਰਫ ਲੋਰਿੰਗ ਤੇ ਅੰਦੇ ਔਕਾਤ ਵੇਖ ਲਈਏ ਆਹੀ ਚੀਜ਼ ਜੇ ਮੈਂ ਆਪਣੇ ਵੱਡੇ ਭਰਾ ਲਖਵਿੰਦਰ ਨਾਲ ਹੁੰਦਾ ਤਾਂ ਮਹਿੰਗੀ ਨਹੀਂ ਲੱਗਣੀ ਬਟ ਹੁਣ ਇਕੱਲਿਆਂ ਤੇ ਬਹੁਤ ਮਹਿੰਗਾ ਲੱਗ ਰਿਹਾ ਸਭ ਕੁਝ ਹਜੇ ਆਫ ਤੇ ਆਏ ਸਭ ਕੁਝ ਤਾਂ ਵੀ ਆਹ ਵੇਖ ਲਓ ਜੀ ਸਟੋਰ ਸਾਰਾ ਚਲੋ ਚੱਲੀਏ ਰੀਬੁਕ ਜੇ ਆਪਣੀ ਸਹੇਲੀ ਲਈ ਜਵੈਲਰੀ ਲੈਣੀ ਤਾਂ ਇੱਥੋਂ ਜਾ ਸਕਦੇ ਹੋ ਤੁਸੀਂ ਰੀਬੁਕ ਜਾਣ ਤੋਂ ਪਹਿਲਾਂ ਅਸੀਂ ਜਾਵਾਂਗੇ ਟੌਮੀ ਟੌਮੀ ਜਾਣ ਤੋਂ ਬਾਅਦ ਰੀਬੁਕ ਤੋਂ ਸ਼ੂਜ਼ ਵਗੈਰਾ ਵੇਖ ਕੇ ਫਿਰ ਜਾਵਾਂਗੇ ਅਸੀਂ ਘਰ ਓਕੇ ਓਕੇ ਗਾਚੂ ਟੌਮੀ ਟੌਮੀ ਦੀਆਂ ਸ਼ਰਟਾਂ ਦੇ ਟੌਮੀ ਦੀਆਂ ਜਿੰਨਾ ਜੋ ਚਾਹੀਦਾ ਉਹ ਲੈ ਜਾਓ ਚਲੋ ਚੱਲੀਏ ਰੀਬੁਕ ਵੱਲ ਵਿਕਰਮ ਨੂੰ ਇੱਕ ਟੀ ਸ਼ਰਟ ਪਸੰਦ ਆ ਗਈ ਉਹਨਾਂ ਨੇ ਇੱਕ ਟੀ ਸ਼ਰਟ ਲੈ ਲਈ ਹੁਣ ਸ਼ੂਜ਼ ਲੈ ਕੇ ਤਾਂ ਆਪਾਂ ਚੱਲਦੇ ਹਾਂ ਘਰ ਖਾਈ ਆਪਣੇ ਹੋਏ ਜੱਟ ਦੇ ਬੂਟ ਲੈ ਲੈਣੇ ਤੇ ਚਲੋ ਹੁਣ ਘਰ ਮੈਂ ਆਪਣੀ ਸਹੇਲੀ ਵਿਖਾਈ ਸੀ ਹੁਣ ਮੈਂ ਬੱਚਿਆਂ ਦੇ ਕੱਪੜੇ ਵੀ ਲੈ ਰਿਹਾ ਫਿਊਚਰ ਦਾ ਵੀ ਸੋਚ ਲਈਏ ਬਹੁਤ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਬਾਏ ਬਾਏ ਟਾਟਾ ਟੇਕ ਕੇਅਰ